ਇੱਥੇ ਆ ਚੁੱਕੀ ਹੈ ਅਸੀਂ ਇਸ ਨੂੰ ਟੈਕਨੀਕਲੀ ਤੇ ਫੋਰੈਂਸਿਕਲੀ ਇਨਵੈਸਟੀਗੇਟ ਕਰਕੇ ਜਿਹੜੇ ਸੀਲ ਆਫ ਕ੍ਰਾਈਮ ਤੋਂ ਜਿਹੜੇ ਵੀ ਕਲੂਜ਼ ਹੈਗੇ ਉਹ ਇਕੱਠੇ ਕਰ ਰਹੇ ਹੈਗੇ ਸੋ ਦੈਟ ਟੂ ਰੀਕਨਸਟਰਕਟ ਵਾਟ ਹੈਪਨਡ ਜਿਹੜਾ ਲਾਂਚਰ ਸੀਗਾ ਜੀ ਉਹ ਅਸੀਂ ਰੋਡ ਤੋਂ ਰਿਕਵਰ ਕਰ ਲਿਆ ਹੈਗਾ ਜਿਹੜਾ ਲਾਂਚਰ ਅਸੀਂ ਰੋਡ ਤੋਂ ਰਿਕਵਰ ਕਰ ਲਿਆ ਉਹਦੀ ਲਾਈਨ ਆਫ ਸਾਈਟ ਨੂੰ ਦੇਖਦੇ ਹੋਏ ਜਿਹੜਾ ਅੱਗੇ ਜਿਹੜਾ ਪ੍ਰੋਪੈਲਰ ਸੀਗਾ ਉਹ ਵੀ ਰਿਕਵਰ ਕਰ ਲਿਆ ਹੈਗਾ ਸੋ ਅਸੀਂ ਇਸ ਨੂੰ ਜਿਹੜੀ ਪ੍ਰੀਲਿਮਿਨਰੀ ਗੱਲਾਂ ਜਿਹੜੀਆਂ ਸਾਹਮਣੇ ਆਈਆਂ संभावना हो सकती है असि इस बहुत क्लियर इंडिकेशन है कि जिहड़ी स्ट्रैटेजी साडे गवंडी देश की हैगी टू ब्लीड इंडिया बाई अ थाउजेंड कट्स कि इस तरह के अटैक करके ते जिहड़ी पंजाब पुलिस हैगी इन कोआर्डीनेशन विद BSF इन कोआर्डीनेशन विद सेंट्रल एजेंसीज असी इस नूं इन्वेस्टिगेट करके इसका मूंह तोड़ जवाब दांगे देखो जी हाले फोरेंसिक डिटेल्स एग्जामिन की जा रही है काफ़ी सिमिलैरिटीज हैगियां ते असी इन डिटेल असी इन्वेस्टिगेशन बारे थोनू टाइम टू टाइम ब्रीफ करांगे देखो जी असी पिछले एक महीने दे विच असी बहुत ज्यादा साडे सक्सेसेस होए हैगे ड्रोन जिहड़े जिम्मेवारी लई हैगी इस दी दुश्मन देश रैटल्ड फील कर रहा है ते इसको डिस्ट्रैक्ट करने लई रात दा टाइम एक मुश्किली दा अटैक किया गया दूजे पासे करता जावे सो असी सारे एंगल सारी थ्योरी जिहड़े जिथे जिथे जिहड़े जिहड़े पाकिस्तान दे जिहड़े ऑपरेटर्स हैगे हैंडलर्स हैगे और जिहड़े जिहड़े एलीमेंट्स नाल इन टच हैगे भावें यूरोप बैठे हैं भावें नॉर्थ अमेरिका बैठे हैं असी उन्हां दे लिंक्स नूं उन्हां दे इंडिया लिंक्स नूं इन्वेस्टिगेट कर रहे हैं सो दैट इस दे जिहड़े असल परपेट्रेटर सगे उन्हां नूं छेती तो छेती असी अरेस्ट करांगे सर पहला भी इनपुट हैगी सी कि ठाड़ियां नूं चौंकियां दे उत्ते निशाना बनाया जाएगा पर फिर भी कहिंदे यार साडी ड्रिल हैगी जी इह असी करदे देखो ਇਹ ਕੋਈ ਪਹਿਲਾ ਅਟੈਕ ਨਹੀਂ ਹੋਇਆ ਹੈ ਇਹ ਸਿਮੂਲੇਸ਼ਨ ਐਕਸਰਸਾਈਜ਼ ਅਸੀਂ ਟਾਈਮ ਟੂ ਟਾਈਮ ਅਸੀਂ ਡਰਿਲਸ ਕਰਦੇ ਹਾਂ ਸਿਕਿਉਰਿਟੀ ਰਿਹਰਸਲਸ ਕਰਦੇ ਸਿਮੂਲੇਸ਼ਨ ਐਕਸਰਸਾਈਜ਼ ਅਸੀਂ ਟਾਈਮ ਟੂ ਟਾਈਮ ਅਸੀਂ ਡਰਿਲਸ ਕਰਦੇ ਹਾਂ ਸਿਕਿਉਰਿਟੀ ਰਿਹਰਸਲਸ ਕਰਦੇ ਹਾਂ ਅਸੀਂ ਆਪਣੇ ਵੱਲੋਂ ਅਸੀਂ ਸਾਰਿਆਂ ਨੂੰ ਅਲਰਟ ਕਰਦੇ ਹਾਂ ਡਿਫਰੈਂਟ ਮੈਂ ਤੁਹਾਨੂੰ ਹੋਰ ਵੀ ਦੱਸਦਾ ਬਹੁਤ ਸਾਰੀ ਕਿਉਂਕਿ ਸਿਕਿਉਰਿਟੀ ਰੀਜ਼ਨਸ ਕਰਕੇ ਬਹੁਤ ਸਾਰੀ ਚੀਜ਼ਾਂ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਸੋ ਅਸੀਂ ਪੰਜਾਬ ਪੁਲਿਸ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਅਮਨ ਤੇ ਭਾਈਚਾਰਾ ਹੈਗਾ ਇੱਕ ਸੋਸ਼ਲ ਬੌਂਡਿੰਗ ਹੈਗੀ ਲੋਕਾਂ ਦੇ ਵਿੱਚ ਉਹ ਬਹੁਤ ਬੇਹਦ ਮਜ਼ਬੂਤ ਹੈਗੀ ਪੰਜਾਬੀਆਂ ਦੀ ਤੇ ਅਸੀਂ ਉਸ ਨੂੰ ਮੇਨਟੇਨ ਕਰਾਂਗੇ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਪੀਸ ਨੂੰ ਮੇਨਟੇਨ ਰੱਖੂ ਅੱਛਾ ਸਰ ਲੰਡਾ ਹਰੀਕੇ ਦਾ ਇਲਾਕਾ ਵੀ ਇਹੋ ਹੀ ਹੈ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਕਿਉਂਕਿ ਉਹਨੇ ਵੀ ਇੱਕ ਆਡੀਓ ਦੀ ਵਾਰਨ ਹੋਈ ਜਿਹਦੇ ਵਿੱਚ ਉਹ ਲਿਖਿਆ ਸੀ ਮੈਂ ਚੌਂਕੀਆਂ ਨੂੰ ਥਾਣਿਆਂ ਨੂੰ ਨਿਸ਼ਾਨਾ ਬਣਾਵਾਂਗਾ ਉਹਦੇ ਦੇਖੋ ਅਸੀਂ 60 ਤੋਂ ਵੱਧ ਬੰਦੇ ਫੜੇ ਹੈਗੇ ਤੇ ਮੈਂ ਆਥੈਂਟਿਕਲੀ ਹਾਲੇ ਨਹੀਂ ਕਹਿ ਸਕਦਾ ਜੇ ਲੰਡਾ ਹੋਵੇ ਕੋਈ ਹੋਵੇ ਜੀ ਅਸੀਂ ਉਸ ਬੰਦੇ ਨੂੰ ਨਹੀਂ ਛੱਡਣਾ ਹੀ ਵਿਲ ਫੇਸ ਦਾ ਜਸਟਿਸ ਜਿਹੜਾ ਬੰਦਾ ਬਾਹਰ ਬੈਠਿਆ ਉਹਨੂੰ ਇੰਡੀਆ ਲੈ ਕੇ ਆਵਾਂਗੇ ਉਹਨੂੰ ਟ੍ਰਾਇਲ ਫੇਸ ਕਰਾਵਾਂਗੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਉਹਨਾਂ ਨੂੰ ਅਰੈਸਟ ਕਰਾਂਗੇ ਐਂਡ ਦੇ ਵਿਲ ਫੇਸ ਜਸਟਿਸ ਅੱਛਾ ਸਰ ਗੋਲਡੀ ਬਰਾੜ ਦੀ ਜਿਹੜੀ ਵੀ ਕਹਿੰਦੇ ਪਏ ਉਹਨੂੰ ਬਾਹਰ ਗ੍ਰਿਫਤਾਰ ਕਰ ਲਿੱਤਾ ਉਹਦੀ ਇੱਕ ਆਡੀਓ ਵਾਇਰਲ ਹੋਈ ਹੈ ਇੱਕ ਨਿੱਜੀ ਚੈਨਲ ਦੇ ਉੱਤੇ ਉਹਨੇ ਮੈਂ ਦੇਖੋ ਜੀ ਉਸ ਤੋਂ ਕੋਈ ਕਮੈਂਟ ਨਹੀਂ ਕਰਾਂਗਾ ਉਹਨੇ ਕਿਹਾ ਕਿ ਮੈਂ ਗ੍ਰਿਫਤਾਰ ਕੀਤਾ ਹੀ ਨਹੀਂ ਆ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਸੀ ਤੁਸੀਂ ਵਾਇਸ ਸੈਂਪਲ ਨੇ ਦਾਵਾ ਕੀਤਾ ਸੀ ਗ੍ਰਿਫਤਾਰ ਕਰ ਲਿਆ ਕਿ ਹਲੇ ਤੱਕ ਕੋਈ ਕਲੀਅਰ ਨਹੀਂ ਹੋਇਆ ਸੀ ਅਸੀਂ USA ਨਾਲ ਦੂਜੀ ਕੰਟਰੀ ਨਾਲ ਵੀ ਆਰ ਇਨ ਟੱਚ ਸੋ ਮੈਂ ਇਸੇ ਸੈਂਪਲ ਦਾ ਬਿਆਨ ਆ ਚੁੱਕਿਆ ਮੈਂ ਕੋਈ ਬਹੁਤ ਜ਼ਿਆਦਾ ਪਰ ਸਰ ਕਲੀਅਰ ਹੋਇਆ ਕਿ ਅਰੈਸਟ ਹੋਇਆ ਕਿ ਨਹੀਂ ਹੋਇਆ ਗੋਲਡੀ ਬਰਾੜ ਭਾਜੀ ਤੁਸੀਂ ਇਹ ਸਾਰਾ ਕੁਝ ਕਲੀਅਰ ਹੋ ਜਾਊਗਾ ਪੇਸ਼ੈਂਸ ਰੱਖੋ ਜੀ ਅਸੀਂ ਇਹਨਾਂ ਦੇ ਨਾਪਾਕ ਇਰਾਦਿਆਂ ਨੂੰ ਅਸੀਂ ਮੂੰਹ ਤੋੜ ਜਵਾਬ ਦਾਂਗੇ ਅੱਛਾ ਸਰ ਆਖਰੀ ਸਵਾਲ ਹੈ ਜੇਕਰ ਪੁਲਿਸ ਥਾਣੇ ਚੌਕੀਆਂ ਸੁਰੱਖਿਅਤ ਨਹੀਂ ਹੈ ਤਾਂ ਪੰਜਾਬ ਦੇ ਲੋਕ ਸਵਾਲ ਕਰਦੇ ਵੀ ਅਸੀਂ ਕਿਸ ਤਰ੍ਹਾਂ ਸੁਰੱਖਿਅਤ ਹੋਗੇ ਇੱਕ ਤੇ 6 ਮਹੀਨਿਆਂ ਵਿੱਚ ਸਰ ਪੰਜਾਬ ਦੇ ਵਿੱਚ ਕ੍ਰਾਈਮ ਜਿਹੜਾ ਇੰਡੀਆ 'ਚ ਸਭ ਤੋਂ ਮਿਨਿਮਮ ਹੈ ਜਿਹੜਾ ਤੁਸੀਂ ਵੇਖੋ ਪਰ ਕੈਪਟਾ ਕ੍ਰਾਈਮ ਹੈ ਇਹ ਜਿਹੜੇ ਗੁਜਰਦੀ ਨਾਲ ਰਾਤੀ ਤੁਸੀਂ ਲੁੱਕ ਕੇ ਹੈ ਜੀ ਕਿਸੇ ਦੀ ਹਿੰਮਤ ਹੈ ਜੀ ਸਾਹਮਣੇ ਆਵੇ ਦਿਲੇਰੀ ਨਾਲ ਤੇ ਅਸੀਂ ਬੰਦਿਆਂ ਨੂੰ ਫੜਾਂਗੇ ਛਿੱਤਰ ਮਾਰਾਂਗੇ ਵੀ ਵਿਲ ਟੇਕ ਦਿਸ ਟੂ ਦਾ ਲੌਜੀਕਲ ਕੰਕਲੂਜਨ ਸਰ 6 ਮਹੀਨਿਆਂ ਦੇ ਵਿੱਚ ਘੱਟੋ ਘੱਟ 60 ਕੋਲ ਆ ਚੁੱਕੇ ਨੇ ਕਪੜਾ ਵਪਾਰੀ ਸਿੰਗਰ ਉਹਨਾਂ ਨੂੰ ਤਿੰਨ ਦੀਆਂ ਰੋਟੀਆਂ ਦਾ ਚਾਰ ਬਹੁਤ ਜ਼ਿਆਦਾ ਹੋ ਰਿਹਾ ਹੈ ਛੋਟਾ ਕਿ ਪਿੱਛੇ ਦੇਖ ਲਈ ਦਾ ਫੇਸ ਆ ਜਾਂਦਾ ਇਹਨਾਂ ਨੂੰ ਕਰ ਲੈ ਭਾਜੀ ਥੋੜੀ ਪਿੱਛੇ ਦੇ ਫੇਸ ਆਈ ਹੈ ਮੈਂ ਲੋਕਾਂ ਨੂੰ ਕੀ ਅਪੀਲ ਕਰਦਾ ਕਿ ਤੁਹਾਨੂੰ ਕੋਲ ਆਂਦੀ ਹੈ ਤੁਸੀਂ ਪੁਲਿਸ ਨੂੰ ਰਿਪੋਰਟ ਕਰੋ
बहुत सारी कॉलां जड़िया है कि लोकल जड़े बदमाश करते हैं फायदा उठाते हैं, तो मैं लोगों को अपील करूंगा बिल्कुल ना डरो जी, पुलिस का साथ दो, असी इसको ट्रेस करेंगे। ड्रोन देखो ड्रोन जड़े है बहुत ज़्यादा असी इन्हों रोक ड्रोन कहते हैं, बहुत ज़्यादा जी पिछले साल तो डबल तो ज़्यादा क्रॉसिंग्स हो रही हैं स्पेशली तरन तारण डिस्ट्रिक्ट अमृतसर डिस्ट्रिक्ट। सो BSF के नाल साडा काफ़ी अच्छा तालमेल है, तुम वेख्या उन्होंने पिछले महीने दो महीने के अंदर काफ़ी ज़्यादा ड्रोनस गिराए गए हैं जी। सो एक निरंतर एक्सरसाइज चल रही हैगी इंटरनल सिक्योरिटी सिनेरियो नु मजबूत करन। अच्छा सर, चौकियां वास्ते हुन सुरक्षा दे प्रबंध की कीते गए ने? इंडी इंटरेस्ट ऑफ सिक्योरिटी असी डिस्क्लोज नहीं करांगे। सीसीटीवी कैमरे बंद आ गए चाहिए लगदा सारे अच्छे असी सीसीटीवी कैमरे लगे भी आ गए लगे भी रहे। वी विल एंश्योर द फुल प्रोटेक्शन ऑफ द पीपल ऑफ पंजाब द पुलिस स्टेशन एंड ऑल इज फॉर थैंक यू।